बापू जी कहते साड़ी वीडियो बनाओ आ जाओ कह रहा लियाओ इधर। सत श्रीकाल भाई जी। श्रीकाल जी हो ठीक हो? ठीक है जी। घर परिवार वधिया जी? हां जी हां जी वधिया। ए दंद बकरा किवें है जी? कै दंदा दा? दो दंदा जी। दो दंदा दा? घर दा ही बकरा का जां खरीदया? ए खरीदया सीगा पहला। हां बेगे वाले तो ओ बकरी खरीदी सी, ओदा बच्चा है। बकरी खरीदी सी, बकरी दा बच्चा। की मुल कर दोगे? ए दा 35000 जी। 35000 दुग्गा ही है? ए दुग्गा जी। कदों होया? है कदों है? हुणी होया दुग्गा। एक बार खोल के दिखाई आपां नूं। पिंड केड़ा ओडा? कोड़ा पिंड है। कोड़ा ठीक है जी। मुल लाया किसी ने? उरे लाया 18-20 हज़ार रुपया। 18-20 हज़ार रुपया? एक बार खोल के दिखाओ इनू। लै भी आ बिना सिंगा वाला बैठा इधर एक। लै भी पहला डिसाइड कर लो। बकरा भाई भजदा वधिया, बनदा तणदा भी। बकरे वाली आकड़ दे विच फिरदा गा। बकरे वाली आकड़ आ ना जी? हाँ जी हाँ। बकरी ने एक ही बच्चा दिता सीगा? पट्ठ ते बकरे। अच्छा पट रख ली। पट रख ली। बकरा बेचना गा। की खवाने नु? काते लाया होया? सन्नी ते लाया होया जा? सन्नी ते भी है। हां ते सन्नी किवें पाउने उन्ने नु? सन्नी राखी। सन्नी नहीं एदी पा दने जा गिल्ली करके? नहीं गिल्ली करके। ठीक है की पा दने ओदे विच? सन्नी च दाणा दूणा भी मतलब। अच्छा ओ चीजां पा दने। 35000 रुपया जी। लै बन दो इनू फिर। है आ बिना सिंगाला एदा की मुल करया? बिना सिंगाले दा की मुल करया भाई? 17000। 17000। हां ਖੜਾਈ ਇਹਨੂੰ ਇੱਕ ਵਾਰੀ ਮਾੜਾ ਜਿਹਾ। ਕਿਵੇਂ ਆ ਦੰਦਾਂ ਦਾ ਇਹ? ਦੁੱਗਾ ਹੋਇਆ ਨਹੀਂ ਜੀ। ਖੀਰਾ? ਖੋਲ ਕੇ ਰਹਿ ਇਹਨੂੰ। ਲੈ ਵੀ ਆਹ ਦੇਖੋ ਗੋਹ ਵਰਗਾ ਪਿਆ ਬੱਕਰਾ ਇਹ ਵੀ। ਉੱਧਰ ਲੈ ਜਾਈ ਬਈ, ਮੋੜ ਲਿਆ ਬਾਈ। ਮੁੱਲ ਕੀ ਕਰਿਆ ਸੀਗਾ? 17000 ਜੀ। ਲੱਗਿਆ ਕੀ ਆ? ਲੱਗਿਆ ਵੀ 10 ਲੱਖ ਦਾ ਜੀ। 10 ਲੱਖ ਦਾ? ਲੈ ਵੀ ਬਾਜਨ ਦਾ ਵਾਵਾ ਗਾ ਨਾ। ਹਾਂ ਇੱਕੋ ਹੀ ਬੱਕਰਾ ਰੱਖਿਆ ਕਰੇ? ਇੱਕੋ ਹੀ ਆ ਬਾਈ। ਇਹੀ ਵੇਚਣ ਹੁਣ? ਹਾਂ ਠੀਕ ਹੈ। ਇਹ ਤਾਂ ਨਿੱਕਾ ਹੀ ਲਿਆ ਸੀ। ਸ਼ੌਂਕ ਨੂੰ ਲਿਆ ਸੀ? ਹਾਂ ਸ਼ੌਂਕ ਨੂੰ ਹੀ। ਸ਼ੌਂਕ ਨੂੰ ਹੁਣ ਵੇਚਣਾ ਕਾਹਤੇ ਆ? ਬਸ ਉਹ ਸ਼ੌਂਕ ਦੀ ਵੇਚਦਾ ਕਿ ਹੋਰ ਲੈ ਲੈ ਕੇ ਪਾਲ ਲਾਗੇ। ਅੱਛਾ ਹੁਣ ਤਾਂ ਫਿਰ ਪੱਠ ਲਿਓ। ਹਾਂ ਪੱਠ ਕਰੀ ਲੈਣਾ ਤਾਂ ਵੀ 30000 ਪਹਿਲਾਂ। ਅੱਛਾ ਹੁਣ ਫਿਰ ਉਹ ਵੇਚਤੀ ਸੀ ਪੱਠ ਤਾਂ? ਠੀਕ ਹੈ ਕੰਨ ਬਾਵਾ ਲੰਬੇ ਨੇ ਨਾ। ਹਾਂ ਸਿੰਘ ਹੈ ਨਹੀਂ ਇਹਦੇ? ਸਿੰਘ ਹੈ ਨਹੀਂ, ਕੋਨ ਨਹੀਂ ਆ ਬਾਈ, ਕੋਨ ਨਹੀਂ ਆ। ਲੈ ਵੀ ਠੀਕ ਹੈ ਵੀਰੇ। ਹੈ ਠੀਕ ਹੈ ਜੀ ਆ ਜਾਓ। ਲੈ ਬਈ ਬੱਕਰੀ ਦਿਖਾਉਣਾ ਤੁਹਾਨੂੰ, ਵਾਹਵਾ ਲੰਮੇ ਕੰਨ ਨੇਗੇ। ਕੀ ਹਾਲ ਆ ਬਾਈ? ਆ ਬੱਕਰੀ ਦਿਖਾਈ ਬਾਈ ਉਹਨਾਂ ਨੂੰ? ਕੀ ਹਾਲ ਆ? ਵਧੀਆ ਠੀਕ ਹੈ। ਹਾਂ ਇਹ ਬੱਕਰੀ ਸੂਈ ਹੋਈ ਆ ਇੱਧਰ ਕਰੀ ਮਾੜਾ ਜਿਹਾ? ਇਹ ਇਹਨਾਂ ਦੀ ਆ, ਬਾਈ ਇਹਨਾਂ ਦੀ ਲੈਂਦੇ। ਲੈ ਵੀ ਇਹ ਬਾਈਆਂ ਦੀ ਬੱਕਰੀ ਆਪਣੇ ਮੰਡੀ ਵਾਲਿਆਂ ਦੀ? ਮੰਡੀ ਵਾਲਿਆਂ ਦੀ ਆ? ਜਸਕਰਨ ਹੋਰਾਂ ਦੀ ਆ? ਠੀਕ ਆ। ਕੰਨ ਵਾਹਵਾ ਲੰਮੇ ਆ ਨਾ। ਹਾਂਜੀ ਕਿਆ ਬਾਤ ਆ ਯਾਰ, ਚੀਜ਼ ਸੋਹਣੀ ਆ। ਕੀ ਮੁੱਲ ਕਰਿਆ ਬਾਈ ਜਸਕਰਨ ਨੇ? 70000। 70000 ਲੈਣੀ ਆ ਬਾਈ ਤੁਸੀਂ ਇਹ? ਚੰਗੇ ਨਗ ਲੈ ਕੇ ਆਏ ਨੇ ਉਹ ਦੇਖੋ ਉਧਰਲੇ ਬੰਨੇ। ਤੁਹਾਨੂੰ ਮੈਂ ਦਿਖਾਵਾਂ ਵੀ ਬਰਬਰੀਆਂ ਵੀ ਮਿਲ ਜਾਂਦੇ ਨੇ ਜੇ ਕਿਸੇ ਨੇ ਬਰਬਰੀਆਂ ਲੈਣੀਆਂ ਹੋਣ ਨਾ। ਆਹ ਦੇਖੋ ਆਹ ਦੇਖ ਨਿੱਕਾ ਜਿਹਾ ਬਟੇਰਾ ਜਿਹਾ ਫਿਰਦਾ, ਕਿੰਨਾ ਸੋਹਣਾ ਲੱਗਦਾ ਬਰਬਰੀ ਹੈ ਨਾ। ਆਹ ਦੇਖ ਆਏ ਬਾਈ ਸਫਾਰੀ ਲੈ ਕੇ ਆਇਆ ਕੋਈ, ਇਹਦੇ ਵਿੱਚ ਬੱਕਰੇ ਲੱਦ ਕੇ ਲਿਜਾਣੇ ਨੇ ਮੈਨੂੰ ਲੱਗਦਾ ਇਹਨਾਂ ਨੇ। ਅਤੇ ਇਹ ਸਾਹਮਣੇ ਬੈਠੇ ਨੇ ਉਹ ਸੰਧੂ ਸਾਹਿਬ, ਉਹਨਾਂ ਨੇ ਬੱਕਰੇ ਲੱਦ ਕੇ ਲਿਜਾਣੇ ਨੇ ਇਹਦੇ ਵਿੱਚ। ਲੈ ਵੀ ਚੀਜ਼ ਦਿਖਾਉਣਾ ਗੇ ਤੁਹਾਨੂੰ ਇੱਕ ਇੱਧਰ ਲੈ ਬੰਨੇ ਚੀਜ਼ ਹੈ ਛੋਟੀ, ਕਹਿੰਦੇ ਜਿੰਨੀ ਨਿੱਕੀ ਉੱਨੀ ਤਿੱਖੀ, ਤਿੱਖੀ ਚੀਜ਼ ਦਿਖਾਉਣਾ ਗੇ ਤੁਹਾਨੂੰ ਵੀ ਪੂਰੀ ਮੰਡੀ ਦੀ ਅੱਜ ਦੀ ਤਿੱਖੀ ਚੀਜ਼ ਆਹੀ ਆ, ਇਹ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਬੱਚਿਆਂ ਦੇ ਮੁਕਾਬਲਿਆਂ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ, ਲੈ ਵੀ ਥੱਲੇ ਬਹਿ ਜਾ ਹੁਣ ਕਿਹੜਾ ਦਿਖਾਉਂਈਏ ਤਾਂ ਚੰਗੀ ਤਰ੍ਹਾਂ ਦਿਖਾਈਏ, ਨਹੀਂ ਫਾਇਦਾ ਕੋ ਨਾ ਹੋਇਆ ਸਾਡਾ ਕੈਮਰਾ ਖੋਲ੍ਹਣ ਦਾ। ਕੀ ਹਾਲ ਆ ਬਾਈ ਜੀ? ਵਧੀਆ ਵੀਰੇ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਰਾਜੂ ਹੈ ਜੀ। ਰਾਜੂ ਬਾਈ ਕਿਹੜਾ ਪਿੰਡ ਹੈ? ਸੌਂਦੇ ਵਾਲਾ ਜੀ, ਸਮਾਣੇ ਕੋਲ। ਸੌਂਦੇ ਵਾਲਾ ਪਿੰਡ ਪੈ ਜਾਂਦਾ। ਪੱਠ ਦੀ ਕੁਆਲਿਟੀ ਦੇਖ ਲਓ ਬਾਈ, ਬਸ ਕਹਿਣ ਦੀ ਲੋੜ ਨਹੀਂ, ਇੱਥੇ ਮਾਰ ਬਾਈ ਕੈਮਰਾ ਇਹਦੇ ਇੱਥੇ। ਲੈ ਦੇਖ ਲਓ ਬਾਈ ਕਿੰਨੇ ਮਹੀਨਿਆਂ ਦੀ ਹੈ ਜੀ ਇਹ? ਵੀਰੇ ਹਜੇ 3 ਕੁ ਮਹੀਨਿਆਂ ਦੀ ਹੈ, 3-3.5 ਮਹੀਨੇ। 3-3.5 ਮਹੀਨਿਆਂ ਦੀ ਖੀਰੀ ਹੈ। ਮੁੱਲ ਕਰਦੇ ਹੋ ਕੁਛ ਇਹਦਾ? ਨਾ ਵੀਰੇ। ਲੈ ਮੁੱਲ ਤਾਂ ਨਹੀਂ ਕਰਦੇ ਹੈਗੇ, ਕਿਉਂ ਨਹੀਂ ਕਰਦੇ? ਨਾ ਵੇਚਣੀ ਨਹੀਂ ਵੀਰੇ, ਆਪਾਂ ਜੋ ਵੇਚਣੀ ਨਹੀਂ ਫਿਰ ਮੁੱਲ ਕਦੋਂ ਕਰੀਏ? ਠੀਕ ਹੈ ਵੀ ਵੇਚਣੀ ਨਹੀਂ, ਵੇਚਣੀ। ਲੈ ਜੀ ਲਵਾ ਤਾਂ ਸਾਰੀ ਮੰਡੀ 'ਚੋਂ ਇਸ ਪੱਠ ਨੇ। ਗੱਲਬਾਤ ਕਰੀਏ ਵੀ ਕਿਸੇ ਪਾਸਿਓਂ ਵੀ
ਪੈਰਾਂ ਤੋਂ ਲਾ ਕੇ, ਪੂੰਛਾਂ ਤੋਂ ਲਾ ਕੇ, ਪਿੰਡੇ ਤੋਂ ਲਾ ਕੇ, ਲੱਤਾਂ ਤੋਂ ਲਾ ਕੇ, ਹੈ ਨਾ, ਕੰਨਾਂ ਤੋਂ ਲਾ ਕੇ, ਸਿੰਗਾਂ ਤੋਂ ਲਾ ਕੇ, ਥਣਾਂ ਤੋਂ ਲਾ ਕੇ, ਨੁਕਸ ਕਿਤੇ ਨਹੀਂ ਲੱਭਿਆ ਮੈਨੂੰ। ਲੱਭ ਲਿਆ ਵੀ ਪਰ ਲੱਭਿਆ ਨਹੀਂ ਹੈਗਾ, ਜ਼ੋਰ ਬਥੇਰਾ ਲਾ ਲਿਆ ਲੱਭਣ ਵਾਸਤੇ ਵੀ ਲੱਭਿਆ ਕੋ ਨਹੀਂ ਹੈਗਾ। ਤੋਰ ਕੇ ਦਿਖਾਈਏ ਇਹਨੂੰ ਇੱਕ ਵਾਰ ਆਪਾਂ, ਹਾਂ ਵੀ ਅੱਖਾਂ ਵੀ ਬਹੁਤ ਸੋਹਣੀਆਂ ਨੇ ਇਸ ਪੱਠ ਦੀਆਂ, ਜਾਨਵਰ ਦੀਆਂ, ਦੇਖੋ ਵੀ ਬਣਿਆ ਤਣੀ ਚੀਜ਼ ਆ। ਲੈ, ਤਿੰਨਾਂ ਚਾਰਾਂ ਮਹੀਨਿਆਂ ਦੀ ਚੀਜ਼ ਕਹਿੰਦੇ ਨੇ ਬਾਈ, ਹਾਂ ਲੈ, ਪੂਰੀ ਮੰਡੀ ਦੀ ਇੱਕ ਨੰਬਰ ਦੀ ਪੱਠ ਆ। ਇੰਨੀ ਕੁ ਗਰੰਟੀ ਹੈਗੀ ਆ ਵੀ ਜੇ ਬਾਈ ਨੇ ਪੈਸੇ ਮੰਗੇ ਨਾ, ਅਗਲਾ ਜਦੇ ਫੜਾ ਕੇ ਜਾਊਗਾ, ਜਦੇ ਜਿੰਨੇ ਵੀ ਮੰਗੇ। ਖਰੀਦਦਾਰ ਬਹੁਤ ਬੈਠੇ ਨੇ ਇੱਥੇ, ਕਿੰਨੇ ਵੀਰਾਂ ਨੇ ਮੁੱਲ ਲਾਇਆ, ਘੱਟੋ ਘੱਟ ਵੀ 10-12 ਜਣੇ ਆ ਗਏ ਵੀਰੇ, ਮੁੱਲ ਆਪਾਂ ਕੀਤਾ ਹੀ ਨਹੀਂ, ਲੈਣ ਵਾਲੇ ਕਈ ਆ ਗਏ, ਮੁੱਲ ਕਰ ਲਾ ਮੁੱਲ ਕਰ ਲਾ, ਆਪਾਂ ਕੀਤਾ ਹੀ ਨਹੀਂ ਵੀਰੇ। ਠੀਕ ਹੈ, ਜੋ ਦੇਣੀ ਨਹੀਂ ਆਪਾਂ ਮੁੱਲ ਕਾਹਤੋਂ ਕਰ, ਹੁਣ ਦੁਬਾਰੇ ਮੰਡੀ 'ਚ ਨਹੀਂ ਆਉਂਦੀ ਇਹ ਨਾ। ਠੀਕ ਹੈ, ਲੈ ਤੁਸੀਂ ਦੇਖ ਹੀ ਲਈ, ਚੀਜ਼ ਵਧੀਆ ਲੱਗੀ, ਪੱਠ ਲੋਹੇ ਕਲਰ ਦੀ ਹੈ ਵੀਰੇ, ਲਾਲ ਲੋਹੀ ਪੱਕੀ, ਪੱਕਾ ਲੋਹਾ ਗਾ, ਪੱਕਾ ਲੋਹਾ, ਸਿੰਗਾਂ ਦੀ ਵੀ ਯਾਰ ਤੁਸੀਂ ਕਹਿ ਲਓ ਵੀ ਕਿਸੇ, ਚੀਜ਼ ਮਸਤ ਆ ਵੀਰੇ, ਚੀਜ਼ 'ਚ ਕਮੀ ਨਹੀਂ ਹੈਗੀ, ਚੀਜ਼ 'ਚ ਘਾਟ ਨਹੀਂ ਹੈਗੀ ਨਾ, ਤਾਂ ਹੀ ਵੇਚੀ ਨਹੀਂ, ਤਾਂ ਹੀ ਲੈਣ ਵਾਲੇ ਬੰਦੇ ਬਾਈ ਕਹਿੰਦਾ ਇੱਧਰ ਨਾਲੇ ਬੈਠੇ ਨੇ, ਉਹ ਬੈਠੇ ਮਾਰੀ ਕੈਮਰਾ ਇੱਧਰ, ਕਹਿੰਦਾ ਮੈਂ ਬੈਠਾ ਜੇ ਬਾਈ ਵੇਚੂ, ਪਰ ਇਹ ਕਹਿੰਦਾ ਵੀ ਮੈਂ ਵੇਚਣੀ ਨਹੀਂ, ਮੁੱਲ ਮੁੱਲ ਜਿੰਨਾ ਮਰਜ਼ੀ ਮੰਗ ਲਓ, ਕਿਉਂ ਬਾਈ ਨਹੀਂ ਦੇਣੀ, ਮੁੱਲ ਮੰਗ ਵੀ ਸਕਦੇ ਹੋ ਨਾ, ਨਹੀਂ ਮੰਗਦੀ ਨਹੀਂ ਵੀਰੇ, ਆਪਾਂ ਦੇਣੀ ਨਹੀਂ, ਬਾਈ ਨੇ ਦੇ ਦੇਣੇ ਨੇ ਜਿੰਨੇ ਮੰਗੇ, ਠੀਕ ਹੈ ਠੀਕ ਹੈ, ਬਾਈ ਨੇ ਮੰਗੇ ਉਹਨੇ ਦੇ ਦੇਣੇ ਨੇ, ਆਏ ਬਾਈ ਸੰਧੂ, ਕਿਉਂ ਪੱਠਾ ਨਵੇਂ ਵੀਰ ਖਰੀਦਦੇ ਨੇ ਤੇ ਏਦਾਂ ਦੀਆਂ ਪੱਠਾ ਖਰੀਦਿਆ ਕਰੋ, ਉਦੋਂ 1000-2000 ਮਹਿੰਗੀ ਸਸਤੀ ਨਾ ਵੇਖਿਆ ਕਰੋ, ਚੀਜ਼ ਚੰਗੀ ਵੇਖਿਆ ਕਰੋ, ਠੀਕ ਹੈ। ਸੋ ਜਿੰਨੇ ਵੀ ਨਵੇਂ ਫਾਰਮਰ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਏਦਾਂ ਦੇ ਜਾਨਵਰ ਵੇਖ ਕੇ ਤੁਸੀਂ ਖਰੀਦਿਆ ਕਰੋ ਜਿਨ੍ਹਾਂ ਨੇ ਪੱਠਾ ਤੋਂ ਕੰਮ ਸ਼ੁਰੂ ਕਰਨਾ। ਦੇਖ ਲਓ ਬਾਈ, ਇਹਨਾਂ ਨੇ ਮੁੱਲ ਨਹੀਂ ਕੀਤਾ, ਕਹਿੰਦੇ ਇਹ ਬਾਈ ਕਹਿੰਦਾ ਵੀ ਜੇ ਮੁੱਲ ਕਰਤਾ, ਕਹਿੰਦਾ ਵੀ ਸੰਧੂ ਬਾਈ ਨੇ ਕਹਿੰਦਾ ਉਹਦੀ ਫੜਾ ਦੇਣੇ ਨੇ। ਬਿਲਕੁਲ ਜੀ, ਆਪਾਂ ਗਾਹਕ ਕਹਿੰਦੇ ਬਾਈ ਆਂਦੇ ਵੀ ਆਪਾਂ ਦੇਣੀ ਨਹੀਂ, ਜੇ ਦਿੰਦੇ ਹੋਣ ਤੇ ਆਪਾਂ ਤਿਆਰ ਬਰ ਤਿਆਰ ਆ ਇਹਨੂੰ ਖਰੀਦਣ ਲਈ। ਕੀ ਬਾਤ ਹੈ, ਬਿਲਕੁਲ ਜੀ, ਚੌਂਕੇ ਜੀ ਜੇ ਫਿਰ ਛੱਡ ਦੇਣੀ ਹੈ। ਨਹੀਂ ਜੀ ਨਹੀਂ, ਠੀਕ ਹੈ, ਪੰਜ ਚੌਂਕ ਅੱਗੇ ਪੈਸਾ ਨਹੀਂ ਨਾ ਫਿਰ ਵੇਖਿਆ ਜਾਂਦਾ। ਅੱਛਾ, ਚਾਰ ਮੇਰੇ ਕੋਲ ਕਾਲੀਆਂ ਨੇ, ਪੰਜਵੀਆਂ ਲੋਹੀ ਹੋਵੇ, ਵੀ ਚੁਣਕੀ ਰੱਖਦਾ, ਚੁਣਕੀ ਰੱਖਦਾ, ਠੀਕ ਹੈ, ਭਾਈਚਾਰਨੇ ਨਾਲ ਆਉਂਦਾ ਮੈਂ, ਉਹਦੇ ਵਿੱਚ ਬਸ ਮਤਲਬ ਕਿ ਜੇ ਕੋਈ ਪਸੰਦ ਆਵੇ ਪੱਠ ਪੁੱਠ ਮੈਨੂੰ ਲੈ ਦਿੰਦਾ ਉਹ। ਵਧੀਆ ਜੀ, ਵਧੀਆ ਜੀ, ਵਿਧਵਾ ਵੀ ਰੱਖ ਲਾ ਬਾਈ, ਠੀਕ ਹੈ, ਲੈ ਬਣ ਲਾ ਬਾਈ ਫਿਰ ਇਹਨੂੰ, ਇਹਦੇ ਤਾਂ ਕੋਈ ਕੀਮਤੀ ਨਹੀਂ ਹੈਗੀ, ਇਹ ਤਾਂ ਬੇਸ਼ਕੀਮਤੀ ਆ, ਇਹ ਤਾਂ ਮੰਨ ਕੇ ਚੱਲੋ ਵੀ ਇਹਦੇ ਤਾਂ ਕੀਮਤੀ ਕਹਿ ਹੀ ਨਹੀਂ ਸਕਦੇ ਯਾਰ, ਤਾਂ ਵਾਲੀ ਚੀਜ਼ ਹੈਗੀ ਪੂਰੀ ਮੰਡੀ ਦੇ ਵਿੱਚੋਂ ਯਾਰ, ਅੱਜ ਮੈਨੂੰ ਆਹ ਚੀਜ਼ ਕਿਤੋਂ ਨਹੀਂ ਲੱਭੀ। ਮੇਰੇ ਵੇਗੇ ਦੀ ਜੇ ਮੰਡੀ ਅੱਜ ਟੌਪ ਪੱਠਾਂ 'ਚ ਗਿਣੀਏ ਤੇ ਇੱਕ ਨੰਬਰ ਤੇ ਆ। ਹਾਂ, ਇਹ ਗੱਲ ਤਾਂ ਹੈਗੀ ਨਾ ਸੰਧੂ ਸਾਹਿਬ, ਬਿਲਕੁਲ ਜੀ, ਠੀਕ ਹੈ ਸੰਧੂ ਸਾਹਿਬ, ਥੈਂਕ ਯੂ। ਹੋਰ ਹੈਗਾ ਬਾਈ ਕੋਲੇ ਆਪਣੇ ਕੋਲੇ ਮੁੱਲ ਵੇਚਣ ਵਾਲਾ? ਸਾਰੇ ਵੇਚਣ ਵਾਲੇ ਹੈਗੇ ਨੇ। ਆ ਹੋਰ ਹੈਗਾ ਬਾਈ, ਇਹ ਨਹੀਂ ਹੈਗਾ ਵੇਚਣ ਵਾਲੀ ਚੀਜ਼, ਇੱਕੋ ਚੀਜ਼ ਹੈਗੀ ਸੀ ਉਹੀ, ਛੇਤੀ ਤਾਂ ਦੇਣੀ ਨਹੀਂ ਹੈਗੀ। ਆਹ ਕਿਹੜੀ ਨਾਲ ਆ ਬਾਈ? ਆਹ ਇਹ ਵੀਰੇ ਉਹ ਬੱਕਰੀ ਨਾਲ ਆ। ਕਿਹੜੀ? ਉਹਦੇ ਨਾਲ? ਹਾਂ ਵੀਰੇ। ਕੀ ਮੁੱਲ ਕਰਦੇ ਹੋ ਉਹਦਾ? ਉਹਦਾ ਵੀਰੇ 22,000 ਰੁਪਇਆ ਕਰਦੇ। ਆਹ ਬੱਚਾ ਬਾਈ ਉਹਦੇ ਨਾਲ ਹੈ ਜਿਹੜਾ ਬੈਠਾ ਥੱਲੇ। ਇਹ ਵੀਰੇ ਸੂਈ ਹੋਈ ਆ, 8 ਦੰਦ ਆ ਇਹ। ਕਿਆ ਬੱਚੇ ਨੇ? ਦੋ ਬੱਚੇ ਨੇ ਇਹਦੇ ਮਗਰ। ਕਿਹੜੇ ਨੇਗੇ? ਗੱਡੀ 'ਚ ਨੇ ਵੀਰੇ। ਅੱਜ ਕੱਲ੍ਹ ਦੀ ਸੂਈ ਲੱਗਦੀ ਹੈ ਤਾਂ ਨਾ? ਇਹ ਤਾਂ ਵੀਰੇ ਮਤਲਬ ਕਿ 3-4 ਦਿਨ ਹੀ ਹੋਏ ਨੇ। ਬਸ ਠੀਕ ਹੈ। ਹਾਂ ਲੈ ਵੀ ਇੱਥੋਂ ਐਂ ਜੇ ਆ ਗਈ ਇਹ। ਹਾਂ, ਕੀ ਮੁੱਲ ਕਰਿਆ ਇਹਦਾ? ਇਹਦਾ ਮੁੱਲ 24,000 ਰੁਪਇਆ ਕੀਤਾ ਜੀ। 24,000 ਰੁਪਇਆ? ਹਾਂ, ਜਮਾਂ ਜਾਇਜ਼ ਮੁੱਲ ਕਰਿਆ। ਇੱਕ ਬੱਚਾ ਆ। ਇਹਦਾ ਮੁੱਲ? ਇਹਦਾ ਮੁੱਲ ਕਰਦੇ ਆ ਵੀਰੇ 20,000 ਰੁਪਇਆ। ਇੱਕ ਬੱਚੇ ਦੇ ਨਾਲ? ਸੂਈਆਂ ਕਿੰਨੀਆਂ ਨੇ ਅੱਜ? ਸੂਈਆਂ ਸੀਗੀਆਂ ਵੀਰੇ ਸਾਡੇ ਕੋਲ 6 ਬੱਕਰੀਆਂ। ਅੱਛਾ, 6 ਚੋਂ ਮਤਲਬ ਕਿ 2 ਬੱਚੀਆਂ ਨੇ। 3? ਠੀਕ ਹੈ, 3 ਬਚ ਗਈਆਂ, 3 ਵੇਚਤੀਆਂ। 3 ਬਚ ਗਈਆਂ, 3 ਵੇਚਤੀਆਂ ਸੂਈਆਂ ਹੋਈਆਂ ਚੋਂ, ਬਾਕੀ ਗੱਭਣਾ ਪੈ ਗਈਆਂ। ਵੇਚਤੇ ਵੀਰੇ 10-11 ਨਾਲ ਹਰ ਮੰਡੀ ਤੇ ਆਉਨੇ ਵੀਰੇ? ਹਰ ਮੰਡੀ ਤੇ ਆਉਨੇ ਵੀਰੇ। ਕੀ ਬਾਤ ਹੈ, ਬਾਕੀ ਇਹਨੇ ਲੱਗ ਰਿਹਾ ਮੁੱਲ ਇਹਨਾਂ ਦੇ? ਹਾਂ, ਬਸ ਚੱਲੀ ਜਾਂਦਾ ਵੀਰੇ। ਵੀ ਜਾਂਦੇ ਆ ਤੇ 1-2 ਹੋਰ ਵੇਚ ਦਾਂਗੇ। ਵੇਚ ਦਾਂਗੇ ਵੀਰੇ ਬੱਕਰੀਆਂ ਸਾਡੀਆਂ। ਇਹਦਾ ਮੁੱਲ ਕਰਿਆ ਕੁਛ? ਇਹਦਾ ਮੁੱਲ ਵੀਰੇ ਇਹਦੇ ਮਗਰ 1 ਬੱਚਾ ਆ ਨਾ, 2 ਬੱਚੇ ਨੇ ਇਹਦੇ ਮਗਰ ਵੀ। ਇਹਦੇ ਮਗਰ? ਇਹਦਾ ਮੁੱਲ? ਇਹਦਾ ਮੁੱਲ ਵੀਰੇ 20,000 ਰੁਪਏ ਦਾ। 20,000 ਜਾਣ ਦੀ ਲਿੱਸੀ ਆ ਵੀਰੇ ਇਹ, ਪਰ ਬੱਕਰੀ 'ਚ ਕਮੀ ਨਹੀਂ, ਬੱਕਰੀ 'ਚ ਘਾਟ ਕੋਲ ਨਹੀਂ ਹੈਗੀ। ਹਾਂ, ਸਾਮੀ ਨਹੀਂ ਹੋਈ ਬੰਦੇ, ਮਤਲਬ ਸਾਂਭਦੇ ਨਹੀਂ ਕਈ ਬੰਦਿਆਂ ਤੋਂ, ਜੀ ਤੋਂ ਮਾਲ ਆਉਂਦਾ ਵਿਚਾਰਾ, ਚਲੋ ਆਪੋ ਆਪਣੀ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ। ਹੋਰ ਕੋਈ ਕਮੀ ਨਹੀਂ ਹੈਗੀ ਬੱਕਰੀ 'ਚ, ਨਵੀਂ ਬੱਚੇ ਦਿਖਾਈਏ ਕਾਹ 'ਚ ਨੇ ਗਿਆ? ਆਹ ਗੱਡੀ 'ਚ ਨੇ ਵੀਰੇ ਬੱਚੇ। ਲੈ ਗੱਡੀ 'ਚ ਕਰੀ ਕੈਮਰਾ, ਆਹ ਬੱਕਰਾ ਇਹ ਸੰਧੂ ਦਾ ਨਾ? ਇਹ ਬੱਕਰਾ ਸੰਧੂ ਹੈ ਵੀਰੇ, ਉਹ ਬੈਠੇ ਨੇ ਬੱਚੇ, ਆਹ ਬੈਠੇ
सारे लाइना च लगे बैठे ने ना हाँ। दो आ बैठे ने गे दो तीन बैठे एक आ बैठा एवं बैठे ले भी इधर भी दिखाना थानू बकरियां आ बकरियां अपनियां ने भाई भाई आई आ गया भैया नौजवान मुंडा आ गया आ देखो छोलिया के छिलके दे नाल गुवारे का नीरा डक दी खुरली भाई ने भी खा लो जिन्ना थोड़े तो खादा जाता एदू बाद थोनू गाहकों ने आ जाना खरीदन दे ले ना होर जी इन्हां दी सेवा करांगे फिर ही आ फिर ही इन्हां नाल ही मेला इन्हां नाल ही मेला जे इन्हां च जान ना होई फिर मेला मेले च भी जान है नहीं बस इन्हां च जाना दा मेले मेले च जाना आ लै गल लख रुपए की कहती भाई सारे तो पहला ओह दा मुल दस जी ਉਹ ਬੱਕਰੀ ਦਾ ਭਈ ਆਪਾਂ 15000 ਰੁਪਿਆ ਮੰਨੇ ਗੱਬਣਾ ਗੱਬਣਾ ਲੈ ਵੀ ਸਾਈਡ ਜੀ ਵਾਲੀ ਮੈਨੂੰ ਵਧੀਆ ਲੱਗੀ ਤਾਂ ਮੈਂ ਇਹਦਾ ਰੰਗ ਰੂੰਗ ਦੀ ਬਹੁਤ ਚੰਗੀ ਹੈ ਬੱਕਰੀ ਅੱਖ ਦੇਖੋ ਚਿੱਟੀ ਆ ਕੰਨ ਦੀ ਵੀ ਪੂਰੀ ਜਾਤ ਵਾਲੀ ਹੈ ਕੋਈ ਐ ਨਹੀਂ ਵੀ ਕੋਈ ਕਹੋ ਦੇਸੀ ਆ ਬੱਕਰੀ ਕੱਦੋ ਛੋਟੀ ਆ ਥੋੜੀ ਜੋ ਦਿਖੀ ਆ ਪਿੰਡ ਕਿਹੜਾ ਪਿੰਡ ਭਗਤਾ ਮੇਰਾ ਜੀ ਪਿੰਡ ਭਗਤਾ ਇਹ ਭਗਤਾ ਭਾਈ ਕਾ ਹੁੰਦਾ ਹਾਂ ਜੀ ਭਗਤਾ ਭਾਈ ਕਾ ਠੀਕ ਹੈ ਇਹ ਭਗਤਾ ਅੱਡਾ ਭਾਈ ਕਾ ਅੱਡਾ ਨਹੀਂ ਨਹੀਂ ਨਾਲ ਆ ਭਗਤਾ ਭਾਈ ਕਾ ਪੂਰਾ ਬਾਬਾ ਜੀ ਦੇ ਨਾਂ ਤੇ ਪਿੰਡ ਦਾ ਨਾਮ ਅੱਛਾ ਹੈ ਹਾਂ ਜੀ ਠੀਕ ਹੈ ਲੈ ਵੀ ਆ ਵੀ ਗੱਲ ਪਤਾ ਲੱਗੀ ਬਾਈ ਤੋਂ ਗੱਬਣ ਇਹ ਹਾਂ ਜੀ ਗੱਬਣ ਹੈ ਪਿਓਰ ਪਿਓਰ ਕੀ ਬਾਤ ਹੈ 15000 ਮੁੱਲ ਕਰਿਆ ਹਾਂ ਜੀ ਆ ਜਾ ਬਾਈ ਹਾਂ ਜੀ ਕਿੰਨੀ ਕਿੰਨੀ ਕੀਮਤ ਵਾਲੀਆਂ ਨੇ ਉਹ ਅੱਜ ਇਹ ਸਾਰੀਆਂ ਗੱਬਣਾਂ ਹੀ ਇੱਕੋ ਜਿਹਾ ਮੁੱਲ ਹੀ ਹੈ ਕਿੰਨੀਆਂ ਵੇਚਦੀਆਂ ਇਦੋਂ ਪਹਿਲਾਂ ਆਪਾਂ ਵੇਚਤੇ 16 ਨਾਲ ਵੇਚਤੇ ਜੀ 16 ਵੇਚਤੇ 16 ਨਾਲ ਵੇਚਤੇ ਅੱਜ ਤਾਂ ਤੜਕੇ ਦੇ ਸੌਦੇ ਹੋਈ ਜਾਂਦੇ ਆਪਣੇ ਆਹੀ ਰਹਿ ਗਏ ਗੱਬਣਾ ਬੱਕਰ ਮੰਡੀ ਵਧੀਆ ਰਹੀ ਹੈ ਤਾਂ ਮੰਡੀ ਪੂਰੀ ਵੀ ਆਪਾਂ ਨੂੰ ਹੀ ਸੀਗੀ ਅੱਜ ਮੰਡੀ ਕੀ ਬਾਤ ਮੰਡੀ ਬਾਈਆਂ ਦੀ ਸੀਗੀ ਮੰਡੀ ਆਪਣੀ ਨਜ਼ਾਰਾ ਲੈ ਲਿਆ ਪੂਰਾ ਨਜ਼ਾਰਾ ਲੈ ਲਿਆ ਪੂਰਾ ਆ ਇਹਦਾ ਮੁੱਲ ਇਹਦਾ ਮੁੱਲ 17,500 ਕਰਦੇ ਰਹਾ ਕੱਦ ਕੁੱਦ ਚੰਗਾ ਗਾ ਨੱਕ ਨੁੱਕਰੀ ਵਾਲੀ ਸ਼ਕੀਨ ਆ ਕੰਨ ਕੁੰਨ ਦੀ ਅੱਖਾਂ ਚਿੱਟੀਆਂ 2 ਮਹੀਨਿਆਂ ਦੀ ਗੱਬਣ ਆ ਇਹ ਆਪਣੀ ਗਾਰੰਟੀ ਆ ਫੁੱਲ ਠੀਕ ਹੈ ਫੁੱਲ ਗਾਰੰਟੀ ਨਾਲ ਕਿੱਥੇ ਤੱਕ ਦੇਣੀ ਹੈ ਇਹ ਆਪਾਂ ਦੇ ਦਾਂਗੇ 15.5 ਦੀ ਸਾਢੇ 15 ਦੀ 15 ਦੀ ਲੈ ਕੰਨ ਕੁੰਨ ਚੰਗਾ ਕੱਦ ਕੁੱਦ ਦੀ ਵਾਲੀ ਚੰਗੀ ਆ ਆ ਤਾਂ ਜਮਾ ਤਿਆਰੀ ਆ ਮਾਲ ਮੁੰਡੇ ਨੇ ਐ ਮੰਨ ਕੇ ਚੱਲੋ ਵੀ ਜਮਾ ਲਹਿਰ ਲਾ ਰੱਖੀ ਆ ਸੇਲ ਵਾਲਾ ਕੰਮ ਹੀ ਕਰ ਰੱਖਿਆ ਵੀ ਆ ਜਾਓ ਵੀ ਸਿਆਲ ਸ਼ੁਰੂ ਹੋ ਗਿਆ ਬੂਟਾਂ ਦੀ ਸੇਲ ਲੱਗੀ ਹੋਈ ਆ ਆ ਜਾਓ ਕਿਰਾ ਭੱਜ ਕੇ ਹਾਂਜੀ ਠੀਕ ਆ ਆ ਕਾਲੀ ਦਾ ਬਾਈ ਕਾਲੀ ਜਮਾ ਤਿਆਰ ਆ ਜੀ ਇਹ ਹੂੰ ਇਹਦਾ ਕੁਲੀ ਖੜੀਆ ਦੱਸੀ ਜਾਂਦੀ ਆ ਬੱਕਰੀ ਗੱਬਣ ਕੁਲੀ ਖੜੀਆ ਕਦੋਂ ਸੂ ਪੈਣਾ ਨੇ ਇਹ ਮੇਰੇ ਹਿਸਾਬ ਨਾਲ ਜੀ ਬਾਲਾ ਨਹੀਂ ਤਾਂ ਮਸਾਂ ਮਹੀਨਾ ਕੁ ਲਓ 4 ਮਹੀਨਿਆਂ ਦੀ ਗੱਬਣ ਤੁਹਾਡੇ ਇਲਾਕੇ 'ਚ ਕਿੰਨੀਆਂ ਕੁ ਬੱਕਰੀਆਂ ਰੱਖਦੇ ਨੇ ਬਾਈ ਸਾਡੇ ਇਲਾਕੇ 'ਚ ਬਈ ਬਹੁਤ ਬੱਕਰੀਆਂ ਆ ਆਪਣੇ ਪਿੰਡ 'ਚ ਹੈਗੇ 8-9 ਇੱਚੜ ਅੱਛਾ ਹਾਂ ਇਹ ਨਹੀਂ ਵੀ ਇਕੱਲੇ ਵੀ ਹੋਰ ਵੀ ਆਪਣੇ ਜ਼ਿਮੀਦਾਰ ਭਰਾ ਬਹੁਤ ਰੱਖਦੇ ਆ ਬੀਟਲ ਆਪਣੇ ਅਸੀਂ ਜ਼ਿਮੀਦਾਰ ਬੰਦੇ ਆ ਬੀਟਲ ਬੱਕਰੀਆਂ ਬਹੁਤ ਲੋਕਾਂ ਨੇ ਰੱਖੀਆਂ ਕਿੰਨੇ ਟਾਈਮ ਤੋਂ ਰੱਖਦੇ ਤੁਸੀਂ ਸਾਨੂੰ ਤਾਂ ਯਾਰ ਬਾਬਾ 4 ਹੋ ਗਏ 4 ਸਾਲ ਹੋ ਗਏ ਬੱਕਰੀਆਂ ਰੱਖਦੇ ਨੂੰ 4 ਹੋ ਗਏ ਹਾਂ ਹੋ ਗਏ ਠੀਕ ਹੈ ਪਹਿਲਾਂ ਰਾਜੇ ਹੁਣ ਵੇਚਣ ਨੂੰ ਲਿਆਉਣ ਲੱਗ ਗਏ ਪਹਿਲਾਂ ਘਰੇ ਹੁੰਦਾ ਸੀ ਪਹਿਲਾਂ ਘਰੇ ਹੁੰਦਾ ਜੀ ਤਿਆਰ ਹੋਏ ਤੋਂ ਲਿਆਉਣ ਲੱਗ ਗਏ ਤਿਆਰ ਹੋਏ ਤੋਂ ਲਿਆਉਣ ਲੱਗ ਗਏ ਹਾਂਜੀ ਠੀਕ ਹੈ ਲੈ ਵੀ ਤਿਆਰ ਹੋਏ ਤੋਂ ਲਿਆਉਣ ਲੱਗ ਗਏ ਬੰਦਿਆਂ ਨੇ ਕੰਮ ਕੀਤਾ ਫਿਰ ਬੰਦੇ ਕਿੰਨੇ ਰੱਖੇ ਨੇ ਚਾਰਨ ਵਾਸਤੇ ਬੰਦੇ ਹੈਗੇ 4-5 ਜਾਣੇ ਹੈਗੇ ਆਪਣੇ ਇੱਕ ਸਾਡਾ ਸ਼ੋਰ ਹੁੰਦਾ ਵੱਡਾ ਨਾਲ ਉਹਨਾਂ ਦੇ ਉਹ ਵੀ ਸ਼ੌਂਕ ਹੀ ਆਪਾਂ ਨੂੰ ਯਾਰ ਜਦੋਂ ਘਰੇ ਨਿੱਕੇ ਹੁੰਦੇ ਸੀਗੇ ਘਰੇ ਮਾਲ ਹੁੰਦਾ ਉਹਨਾਂ ਨੂੰ ਦੇਖ ਜੇ ਜਿਉਂ ਜਾ ਹਾਂ ਬਈ ਜ਼ਮੀਨ ਵੀ ਹੈਗੀ ਬਾਹੀ ਵੀ ਕਰਦੇ ਆ ਸ਼ੌਂਕ ਆ ਬਸ ਆਪਾਂ ਨੂੰ ਹਰੇਕ ਚੀਜ਼ ਲੈਣੀ ਆਪਾਂ ਘੋੜੀਆਂ ਕਬੂਤਰ ਗਾਵਾਂ ਮੱਝਾਂ ਕੁਛ ਨਹੀਂ ਛੱਡਦੇ ਹਰੇਕ ਚੀਜ਼ ਦਾ ਸ਼ੌਂਕ ਆਪਾਂ ਨੂੰ ਕੁਛ ਵੀ ਨਹੀਂ ਛੱਡਦੇ ਹਾਂ ਬਈ ਲੈ ਵੀ ਇਹ ਤਾਂ ਫਿਰ ਗਾਵਾਂ ਮੰਗਾ ਦਾ ਵਪਾਰ ਵੀ ਚੱਲਦਾ ਆਪਣਾ ਟਰੈਕਟਰਾਂ ਦਾ ਵਪਾਰ ਵੀ ਕਰਦਾ ਮੇਰਾ ਤਾਇਆ ਜੀਪਾਂ ਦਾ ਵਪਾਰ ਵੀ ਕਰਦੇ ਆਪਾਂ ਹਰੇਕ ਚੀਜ਼ ਦਾ ਵਪਾਰ ਕਰਦੇ ਆਲ-ਰਾਊਂਡਰੋਂ ਆਲ-ਰਾਊਂਡਰ ਹੀ ਆ ਤਾਂ ਹੀ ਇਹ ਫਿਰ ਬੋਲੀ ਦੱਸਦੇ ਨਾ ਬੰਦੇ ਦੀ ਕੁਝ ਕਰਦਾ ਬੰਦਾ ਹਾਂਜੀ ਬਾਈ ਇਹ ਵੀ ਵਪਾਰੀ ਵਾਲੀ ਬੋਲੀ ਹੈਗੀ ਵੀ ਬਾਬੀ ਰੱਦ ਜੀ ਆਪਣੇ ਹੋ ਜਾ ਸਾਰਾ ਸ਼ੌਂਕ ਤੇ ਵਪਾਰ ਕੋੜੀਆਂ ਫਿਰ ਉਹ ਪਹਿਲਾਂ ਤੋਂ ਰੱਖਦੇ ਆ ਜਾਂ ਉਹ ਵੀ ਹੁਣ ਹੀ ਲੱਗੇ ਸੀ ਨਹੀਂ ਕੋੜੀਆਂ ਪਹਿਲਾਂ ਤੋਂ ਰੱਖਦੇ ਆ ਬਈਆ ਕਬੂਤਰ ਕਿੰਨੇ ਕਬੂਤਰ ਹੋਣਗੇ ਉੱਡਣੇ ਵੀ ਆ ਨਕਾਬ ਹੋਗੇ ਸ਼ੈਂਟੀ ਨਾਟ ਇਹ ਸ਼ਕੀਨ ਲੱਗੇ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਵੀ ਸ਼ੌਂਕ ਨੂੰ ਵੀ ਰੱਖ ਲਈਆਂ ਜੇ ਕੋਈ ਵੇਚਣ ਵਾਲੀ ਜੋ ਕਬੂਤਰਾਂ ਦਾ ਤਾਂ ਕੀ ਵੇਚਣਾ ਹੁੰਦਾ ਤੇ ਘੋੜੀਆਂ ਦਾ ਚੱਲਦਾ ਗਾਂਗਾ ਮੰਗਾਂ ਨਾਲ ਤੇ ਬੱਕਰੀਆਂ ਦਾ ਠੀਕ ਹੈ ਮੱਝਾਂ ਦੀਆਂ ਮੰਡੀਆਂ ਤੇ ਹਰੇਕ ਤੇ ਗਾਈਆਂ ਦੀ ਤੇ ਵੀ ਜਗਰਾਵਾਂ ਖੰਨਾ ਮੌੜ ਰਾਮਪੁਰਾ ਧਨੌਲਾ ਸਾਰੀਆਂ ਮੰਡੀਆਂ ਘਰੋਂ ਬਾਹਰ ਹੀ ਰਹਿੰਦੇ ਹੋ ਘਰੋਂ ਬਾਹਰ ਹੀ ਹੁੰਦਾ ਠੀਕ ਹੈ ਚਲੋ ਚੰਗੀ ਗੱਲਬਾਤ ਆ ਬਈ ਫੇਰ ਹੀ ਕੰਮ ਚੱਲਦਾ ਨਾ ਫੇਰ ਹੀ ਚੱਲਦਾ ਵੀ ਸ਼ੌਂਕ ਹੀ ਆ ਯਾਰ ਆਪਾਂ ਨੂੰ ਇਹ ਨਹੀਂ ਕੋਈ ਵੀ ਆਪਾਂ ਇਸੇ ਤੋਂ ਉਹ ਵੀ ਆਈਗਾ ਵੀ ਇਹ ਵਿਕਣਗਾ ਤਾਂ ਹੀ ਆਪਾਂ ਰੋਟੀ ਖਾਣੀ ਵੀ ਸ਼ੌਂਕ ਆਪਾਂ ਨੂੰ ਇਹ ਨਹੀਂ ਵੀ ਆਪਾਂ ਕੋਈ ਇੰਨੇ ਦਾ ਪਸ਼ੂ ਲੈ ਕੇ ਘਾਟਾ ਪਾ ਕੇ ਵੇਚ ਰਾਂਗੇ ਖੜਾ ਰਹੂ ਘਰੇ ਖੜਾ ਰਹੇ ਆਪਾਂ ਨੂੰ ਕੋਈ ਚੱਕਰ ਨਹੀਂ ਬਾਹੀ ਹੁੰਦੀ ਆ ਘਾਟਾ ਪਾ ਕੇ ਨਹੀਂ ਵੇਚੀ ਘਾਟਾ ਪਾ ਕੇ ਮਾਲ ਨਹੀਂ ਵੇਚ ਅੱਜ ਤੱਕ ਠੀਕ ਆ ਬੰਦਾ ਬਾਹਰ ਬੂਰ ਤਾਂ ਨਹੀਂ ਗਿਆ ਤੁਹਾਡਾ ਕੋਈ ਬੰਦਾ ਬਾਹਰ ਭੈਣਾ ਕੁੜੀਆਂ ਗੰਗਾ ਹੋਊਗਾ ਆਪਣੀਆਂ ਘਰੇ ਠੀਕ ਹੈ ਆਹ ਗੱਲਬਾਤ ਠੀਕ ਹੈ ਓਕੇ ਗੱਲਬਾਤ ਫਿਰ ਹੁਣ ਉਹ ਬੱਕਰਾ ਉਹ ਬੱਕਰਾ ਵੀ ਕਿਆ ਬਈ ਆਪਣੇ ਕੋਲ ਹੀ ਸੀਗਾ ਵਿਕ ਗਿਆ ਉਹ ਹਾਂਜੀ ਬਈ ਕੀ ਮੁੱਲ ਕੀਤਾ ਸੀ ਉਹਦਾ ਉਹਦਾ ਮੁੱਲ 17,000 ਕੀਤਾ ਸੀਗਾ ਜੀ ਵਿਕ ਕਿੰਨੇ ਦਾ ਗਿਆ 14 ਦਾ ਵੇਚਤਾ 14 ਦਾ ਹਾਂ ਠੀਕ ਆ ਬਈ ਚੰਗਾ ਵੀਰੇ ਠੀਕ ਆ ਵੀਰੇ ਕੋਈ ਗੱਲ ਵਧੀਆ ਲੱਗਿਆ ਗੱਲਬਾਤ ਠੀਕ ਆ ਵੀਰੇ ਲੈ ਬਾਬਾ ਜੀ ਕੋਲੇ ਆ ਗਏ ਕੀ ਹਾਲ ਆ ਬਾਬਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਹੋ ਚੜ੍ਹਦੀ ਕਲਾ ਠੀਕ ਆ ਸੂਈਆਂ ਬੱਕਰੀ ਕਿੰਨੇ ਲੈਂਦੇ ਨੇ ਅੱਜ ਸੂਈਆਂ ਬੱਕਰੀਆਂ ਜੋੜੀ ਆ ਕਿਹੜੀ ਇੱਕ ਉਹ ਬੱਕਰੀ ਖੜੀ ਆ ਸੂਈ ਵੀ ਇੱਕ ਉਹ ਖੜੀ ਆ ਇੱਕ ਆ ਬੈਠੀ ਆ ਬੱਕਰੀ ਇੱਕ ਆ ਬੈਠੀ ਆ ਹਾਂ ਤਿੰਨ ਬੱਕਰੀਆਂ ਗੱਭਣਾਂ ਆਂ
रंग का तो लाया होया ਰੰਗ ਤੋਂ ਸ਼ੌਂਕਾ ਤੌਰ ਤੇ ਲਾਤਾ ਇਹ ਕਿ ਤੁਰ ਤੇ ਲੱਗਿਆ ਨਹੀਂ ਨਹੀਂ ਪਾਈਆਂ ਤੇ ਝਾਂਜਰਾਂ ਵੀ ਇਹਨੇ ਨਾ ਹਾਂ ਲੈ ਮੁੱਲ ਕੀ ਕਰਿਆ ਸੀ ਤੁਸੀਂ ਇਹਦਾ ਮੁੱਲ ਇਹਦਾ 12000 ਰੁਪਏ 12000 ਰੁਪਏ ਲੈ ਜਮਨਾਪੁਰੀ ਛਤਰਾ ਗਰਦਨ ਬਾਵਾ ਲੰਮੀ ਹੈ ਨਾ ਹਾਂ ਹਾਂ ਪੂਰਾ ਟੌਪ ਦਾ ਮਿਲ ਜਾਣਾ ਇਹੀ ਖਾਸੀਤ ਹੁੰਦੀ ਹੈ ਭੇੜੀ ਥੱਲੋਂ ਥੱਲੋਂ ਤੁਰਿਆ ਜਾਂਦੀ ਖਾਈ ਜਾਂਦਾ ਰਹਿੰਦਾ ਨਾ ਹਾਂ ਪੂਛ ਪਾਸ ਬਹੁਤ ਡਬਲ ਆ ਗਈ ਡਬਲ ਆ ਆਈ ਆਹ ਸੂਣ ਵਾਲੀ ਬੱਕਰੀ ਹਾਂ ਸੂਣ ਵਾਲੀ ਹੈ ਜੀ ਇਹਨੂੰ ਖੜਾਈ ਖੜਾਈ ਇਹਨੂੰ ਖੜਾਈ ਖੜਾਈ ਉਹ ਜਿਹੜੀ ਉਹ ਖੜੀ ਹੈਗੀ ਉਹ ਵੀ ਸੂਣ ਵਾਲੀ ਹੈ ਕਿੰਨੇ ਦਿਨਾਂ ਤੋਂ ਇੱਕ ਸੂਆ ਲਾ ਲਿਆ ਹੋਊਗਾ ਇਹਨੇ ਪਹਿਲਾਂ ਚੌਕ ਤੇ ਚੱਕੀ ਆ ਹਜੇ ਦੂਜਾ ਸੂਆ ਲਾਊਗੀ ਹੁਣ ਨਾ ਨਾ ਪਹਿਲੇ ਸੂਏ ਹੈਗੇ ਪਹਿਲਾ ਪਲੂਣ ਆ ਪਲੂਣ ਹੀ ਆ ਪਲੂਣ ਆ ਲੈ ਵੀ ਨਵੀਂ ਪੱਠ ਆ ਜੇ ਕਿਸੇ ਨੇ ਰੱਖਣੀ ਹੋਵੇ ਨਾ ਸਹੀ ਗੱਲ ਹੈ ਨਾ ਹਾਂ ਹਾਂ ਬਹੁਤ ਟੌਪ ਦੀ ਪੱਠ ਬਣੂਗੀ ਕਈ ਸੂਏ ਲਾਊਗੀ ਫਿਰ ਤਾਂ ਪੂਰੇ ਵਧੀਆ ਇਹਦਾ ਕੀ ਮੁੱਲ ਕਰਿਆ ਇਹਦਾ ਨਿੱਕੀ ਜੀ ਦਾ ਥੱਲੇ ਬੈਠੀ ਜਿਹੜੀ ਇਹਦਾ ਮੁੱਲ 7000 ਰੁਪਏ 7000 ਲੱਗਿਆ ਕੁਸੇ ਤੇ ਇਹਦੇ ਤੇ ਹਜੇ ਕੋਈ ਆਇਆ ਹੋਇਆ ਹੀ ਨਹੀਂ ਉੱਠ ਇਹ ਤੇ ਆਏ ਨਹੀਂ ਹਾਂ ਆ ਲੈ ਉੱਠ ਇਹ ਤਾਂ ਰੁਸਤੀ ਬੈਠੀ ਇਹਦੇ ਤਾਂ ਉੱਥੇ ਲੱਗਿਆ ਸੀ 5000 ਰੁਪਏ ਕਿੱਥੇ ਮੁੱਲਾਪੁਰ ਤੁਸੀਂ ਦਿੱਤੀ ਨਹੀਂ ਫਿਰ ਨਾ ਕਿਉਂ ਇੱਕ ਤਾਂ ਤੁਸੀਂ ਦਵਾ ਕੇ ਲੈ ਗਏ ਸੀਗੇ ਅੱਛਾ ਇਹ ਰਹਿ ਗਈ ਸੀਗੀ ਮੈਂ 5.5000 ਤੇ ਅੜ ਗਿਆ ਇਹ ਰਹਿ ਗਈ ਲੈ ਵਿਕ ਜੂ ਗਈ ਇਹ ਵੀ ਹਾਂ ਵਿਕ ਜੂ ਇਹ ਨਹੀਂ ਰਹਿੰਦੀ ਹੈਗੀ ਜੋ 5.5000 ਲੱਗ ਗਿਆ ਤਾਂ ਵਿਕ ਹੀ ਜਾਣੀ ਹੈ ਨਾ ਚੰਗਾ ਜੀ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਓ ਬਾਈ ਕਿਵੇਂ ਲੱਗੀ ਗੱਲਬਾਤ ਸਾਨੂੰ ਜ਼ਰੂਰ ਦੱਸਿਓ ਨਵੀਂ ਨਵੀਂ ਵੀਡੀਓ ਦੇਖਣ ਦੇ ਲਈ ਪੇਜ 'ਤੇ ਜੁੜੇ ਰਹਿਓ ਚੈਨਲ 'ਤੇ ਜੁੜੇ ਰਹਿਓ ਮਿਲਦੇ ਰਹਾਂਗੇ ਧੰਨਵਾਦ